ਪੂਆ ਕੱਲ ਸਕੂਲ ਦੇ ਫੇਰ ਫੀਸ ਮੰਗਦੇ ਸੀ ਅੱਜ ਫੇਰ ਬੋਲਣਗੇ ਬਹਿ ਜੇ ਇਹਨਾਂ ਦਾ ਬੇੜਾ ਹਜੇ ਮੈਂ ਕੱਲ ਉਹਨਾਂ ਨੂੰ ਮੈਂ ਕੱਦੂ ਅੱਲਾ ਟਿੰਡੇ ਪਿੰਡੀਆਂ ਦੇ ਕੇ ਆਈਆਂ ਇਹਨਾਂ ਦਾ ਕੰਜਰ ਦਾ ਕੁੱਤਾ ਨਾ ਹਾਏ ਤੱਕ ਬੱਬਰ ਹੀ ਭਰਿਆ ਇਹਨਾਂ ਦਾ ਉਹ ਪੂਆ ਨਾਲੇ ਉਹ ਜ਼ਮਾਨੇ ਗਏ ਜਦੋਂ ਲੱਸੀ ਪਿਆ ਕੇ ਮਾਸਟਰ ਜਵਾਕਾਂ ਨੂੰ ਪਾਸ ਕਰ ਦਿੰਦੇ ਸੀ ਸਹੀ ਗੱਲ ਹੈ ਚਾਚੇ ਪੂਆ ਤੂੰ ਫੀਸ ਦੇ ਦੇ ਦੇਾਂਗੇ ਫਿਰ ਮੇਰੀ ਕਿਹੜਾ ਅਬਾਨੀ ਨਾਲ ਪਿੱਠ ਲੱਗਦੀ ਹੈਗੀ ਦੋ ਚਾਰ ਦਿਨ ਠਹਿਰ ਜੋ ਕੇ ਦੇ ਦੇਾਂਗੇ ਪੂਆ ਫੁੱਫੜ ਦਾ ਨਾਮ ਕਿਤੇ ਅੰਬਾਨੀ ਤਾਂ ਨਹੀਂ ਸੀ ਜਿਹੜਾ ਇੰਨੇ ਯਾਦ ਕਰਦੀ ਰਹਿੰਦੀ ਹੈ ਲਾ ਉਹਨੂੰ ਕਿਹਨੇ ਯਾਦ ਕਰਨਾ ਸੀ ਜੇ ਅਬਾਨੀ ਹੁੰਦਾ ਤਾਂ ਵੀ ਮੈਂ ਭੁੱਖੀ ਮਰਨਾ ਸੀ ਜਿਹੜੇ ਚਾਰ ਪੈਸੇ ਸੀ ਉਹ ਵੀ ਦਾਰੂ ਰਾਹੀਂ ਪੀ ਜਾਂਦਾ ਆ ਭੂਆ ਜਿਹੜੇ ਹਿਸਾਬ ਨਾਲ ਤੂੰ ਫੁੱਫੜ ਨੂੰ ਯਾਦ ਕਰੀ ਜਾਂਦੀ ਹੈ ਨਾ ਉਹ ਵਿਚਾਰਾ ਸਵਰਗਾਂ 'ਚ ਵੀ ਹਿੱਚੀਆਂ ਲੈ ਲੈ ਮਰਦਾ ਹੋਣਾ ਬਹਿ ਜੇ ਬੇੜਾ ਮਲੰਗ ਦਾ ਚੌਰਾ ਮੁੜ ਕੇ ਭਾਂਡਾ ਖਾਸਮਾ ਤੂੰ ਉਹ ਗੱਲ ਵੱਖਰੀ ਹੈ ਕਿ ਯਾਦ ਤਾਂ ਗਾਲਾਂ ਕੱਢਦੀ ਕਰਦੀ ਹੈ ਚੱਲ ਹੁਣ ਬਾਅਦ 'ਚ ਦੋਵੇਂ ਜਾਣੇ ਇੱਥੇ ਖੜੇ ਖੀ ਖੀ ਕਰੀ ਜਾਂਦੇ ਹੋਗੇ ਮੇਰਾ ਤਾਂ ਨਾਟਕ ਸੁਣਨ ਵਾਲਾ ਜਦੂ ਸਾੜਾ ਉਹ ਪੂਆ ਲੜਿਆ ਸਵੇਰੇ ਸਵੇਰੇ ਤੂੰ ਕੀ ਫੋਨ 'ਚ ਦੇਖੀ ਜਾਂਦੀ ਹੈ ਸਵੇਰੇ ਸਵੇਰੇ ਕਿਹੜਾ ਇੱਥੇ ਸ਼ਕਤੀਮਾਨ ਚੱਲਦਾ ਆ ਜਿਹੜੇ ਤੂੰ ਜਸੂਸਾਂ ਵਾਲੇ ਨਾਟਕ ਦੇਖਦੀਆਂ ਮੈਨੂੰ ਲੱਗਦਾ ਤੂੰ ਫੁੱਫੜ ਦੀ ਜਸੂਸੀ ਕਰਦੀ ਹੈ ਵੇ ਤੁਰ ਜਾ ਹੁਣ ਬੈਰੀਆ ਵੇ ਮੇਰੇ ਪਿਓ ਨੇ ਸਾੜਿਆ ਉਰੇ ਲੇਟ ਹੋਈ ਚਾਣਾ ਚੱਲ ਚਾਚਾ ਲੱਗਦਾ ਪੂਆ ਗਰਮ ਹੋ ਗਈ ਚੱਲ 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 ਆ ਜਾ ਮੇਰੇ ਬੱਚਿਓ ਤੁਹਾਨੂੰ ਕੀ ਪਤਾ ਮੈਂ ਜਸੂਸਾਂ ਵਾਲੇ ਨਾਟਕ ਕਿਉਂ ਦੇਖਦੀ ਹਾਂ ਮੈਂ ਤਾਂ ਉਹਨਾਂ ਨਸ਼ਾ ਵੇਚਣ ਵਾਲਿਆਂ ਨੂੰ ਪੁਲਿਸ ਹਵਾਲੇ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਤੇਰੇ ਤੋਂ ਤੇਰਾ ਭਰਾ ਸੀਰਤ ਤੋਂ ਉਹਦਾ ਪਾਪਾ ਖੋਲਿਆ ਬੇੜਾ ਗਰਕ ਕਰਤਾ ਉਹਨਾਂ ਨੇ ਪੰਜਾਬ ਦਾ ਇਹਨਾਂ ਦਾ ਬਹਿ ਜੇ ਬੇੜਾ ਇਹਨਾਂ ਦਾ ਬੇ ਹਾਂ ਭੂਆ ਹਾਂ ਕਿਸੇ ਨੂੰ ਦੱਸੀ ਨਾ ਮੈਂ ਉਰੇ ਹਾਂ ਅੱਜ ਤੂੰ ਕਿਸੇ ਦਾ ਕੀ ਚੱਕ ਲਿਆ ਆ ਭੂਆ ਜੋ ਤੈਨੂੰ ਕਿਹਾ ਨਾ ਬਸ ਦੱਸੀ ਨਾ ਮੈਂ ਅੰਦਰ ਆ ਚੰਗਾ ਹਾਂ ਅੰਦਰ ਬੋਲ ਅੰਦਰ ਬੋਲ ਅੰਦਰ ਭੂਆ ਪੁੱਤਰ ਘਬਰਾ ਨਾ ਹੈ ਕੋਈ ਵੱਡਾ ਘਰ ਉਹਨਾਂ ਨੂੰ ਭੇਜ ਪੂਆ ਪੁਲਿਸ ਪੈ ਗਈ ਪੁਲਿਸ ਪੈ ਗਈ ਨਹੀਂ ਪੁਲਿਸ ਆ ਗਈ ਬੇ ਲੋਕੋ ਬੇ ਬੇ ਪੁਲਿਸ ਆ ਗਈ ਬੇ ਪੁਲਿਸ ਪੈ ਗਈ ਬੇ ਹਾਏ ਬੇ ਲੋਕੋ ਹਾਏ ਬੇ ਲੋਕੋ ਬੇ ਲੋਕੋ ਹਾਏ 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 ਮੈਨੂੰ ਫੜ ਲਓ ਬੇ ਉਹ ਦੇਖੀ ਪੂਆ ਤੂੰ ਕਿਤੇ ਮਨ ਘਣਾ ਤੜਾ ਲਈ ਉੱਠ ਉੱਠ ਤੂੰ ਤਾਂ ਐਂ ਡਰਦੀ ਐ ਜਿਵੇਂ ਤੂੰ ਫੀਮ ਵੇਚਦੀ ਹੁੰਨੀ ਚੱਲ ਖੜੀ ਹੋ ਜਾ ਪੁਲਿਸ ਵਾਲੇ ਨੂੰ ਦੇਖ ਕੇ ਤਾਂ ਸਭ ਦਾ ਨਿਕਲ ਜਾਂਦਾ ਵਿੱਚ ਘਬਰਾ ਨਾ ਮਾਤਾ ਅੱਜ ਤਾਂ ਨਸ਼ਾ ਵੇਚਣ ਵਾਲਿਆਂ ਦਾ ਪਿੱਛਾ ਕਰਦੇ ਕਰਦੇ ਤੇਰੇ ਘਰੇ ਆ ਵੜੇ ਇੱਧਰ ਤਾਂ ਨਹੀਂ ਹੈ ਕੋਈ ਨਾ ਭਾਈ ਇੱਧਰ ਤਾਂ ਕੋਈ ਨਹੀਂ ਆਇਆ ਨਾਲੇ ਹਾਂ ਮਾਤਾ ਤੁਸੀਂ ਪਿੰਡ ਵਾਲੇ ਹੋ ਸਾਡਾ ਸਾਥ ਦਿਓ ਜੇ ਕੋਈ ਇੱਥੇ ਨਸ਼ਾ ਕਰਨ ਵਾਲਾ ਹੋਇਆ ਤਾਂ ਸਾਨੂੰ ਜ਼ਰੂਰ ਦੱਸਿਓ ਆ ਲਓ ਮੇਰਾ ਨੰਬਰ ਜੀ ਜਨਾਬ ਜ਼ਰੂਰ ਅਸੀਂ ਦੱਸ ਦਾਂਗੇ ਤੁਹਾਨੂੰ ਜੇ ਕੋਈ ਹੋਇਆ ਚੱਲ ਪੂਆ ਉੱਠ ਪੂਆ ਗਈ ਪੁਲਿਸ ਉਹ ਪੂਆ ਤੂੰ ਸੱਟ ਨਾ ਖਾ ਲਈ ਇਹਦਾ ਤਾਂ ਕੰਜਰ ਦਾ ਕੰਮ ਹੀ ਇਹੀ ਆ ਇਹ ਤਾਂ ਸਾਨੂੰ ਮਾਰ ਕੇ ਸਾਹ ਲਊਗਾ ਕੰਜਰ ਦੇ ਪੁੱਤਾ ਤੂੰ ਘਰ ਸਾਰਾ ਸਮਾਨ ਵੇਚ ਕੇ ਖਾ ਗਿਆ ਮੈਨੂੰ ਵੇਚ ਕੇ ਖਾਵੇਗਾ ਮੇਰਾ ਰੱਬਾ ਵੇ ਚੱਲ ਪੂਆ ਉੱਠ ਚੱਲ ਪੂਆ ਉੱਠ ਕੋਈ ਨਾ ਚੱਲ ਪੂਆ ਉਹ ਆ ਗਿਆ ਯਾਰ ਆ ਗਿਆ ਹਾਂ ਹਾਂ ਆਇਆ ਮੈਂ ਓਏ ਹੁਣ ਲਾਲੇ ਘਰੋਂ ਕੋਈ ਭਾਂਡਾ ਨਾ ਚੱਕ ਕੇ ਵੇਚ ਦੀ ਧਿਆਨ ਰੱਖੀ ਪਿੱਛੋਂ ਘਰ ਦਾ ਉਹ ਫੁੱਫੜਾ ਕਿਵੇਂ ਆ ਖੰਡ 40 ਰੁਪਏ ਕਿਲੋ ਖੰਡ ਤਾਂ 40 ਰੁਪਏ ਕਿਲੋ ਪਰ ਫੁੱਫੜ ਨੀ ਤੇਰਾ 40 ਰੁਪਏ ਕਿਲੋ ਚੱਲ ਕੋਈ ਨੀ ਫੁੱਫੜਾ
ਉਹ ਕਿੱਥੇ ਬੀਬੋ? ਭੂਆ ਦਾ ਫੁੱਫੜਾ ਪਿੰਡ ਵੱਲ ਗੇੜਾ ਮੰਨ ਗਈ ਹੈ। ਉੱਥੇ ਕਰ ਚੱਲੀ ਹੈ? ਪਤਾ ਨਹੀਂ ਪਿੰਡ 'ਚ ਗਈ ਵੀ ਹੈ ਅਤੇ ਮੈਂ ਚੱਲਿਆ ਕਾਲਜ ਅਤੇ ਪਿੱਛੋਂ ਕੋਈ ਸਿਆਪਾ ਨਾ ਛੇੜ ਦੀ। ਅੱਛਾ ਹਾਂ ਮੈਂ ਚੱਲਦਾ ਅੰਦਰ, ਉਹ ਕਾਲੇ ਤੋਂ ਚਾਹ ਪਾਣੀ ਪੀ ਲੈ। ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ, ਤੀਜਾ ਦਿਲ ਜੀਦੇ ਤੇ ਮਰਦਾ ਨੀ। ਚੱਕ ਚਾਰ ਪਤੀਲਾ ਚੁੱਲੇ ਤੇ ਦਿਲ ਮੁਰਗੀ ਖਾਣ ਨੂੰ ਕਰਦਾ ਨੀ।
हाँ जी इलेक्शन आ रही है जी नेड़े, इस बार आपां नहीं बनना जी सरपंच। ओके सरपंच साहब सत श्री अकाल। आओ जनाब सत श्री अकाल। शायद थोनू पता नहीं थोड़ा सारा पिंड नशे ते है। थोनू कौन कहता जी, साडा तो सारा पिंड ही साफ सुथरा है, थोनू कोई गलत फहमी होगी। सरपंच साहब साडा काम सी थोनू दसना, नहीं असी तो बंदे फाड़ी लेने हैं। चंगा जी कोई नहीं, थोड़े वर्गे पंजा आउंदे आ, असी अपना काम करी जाना। हेलो, हाँ जी सरपंच साहब जी, ना ना ही बस आ पहुँच रहा थोड़े को बंदा, थोड़े को पहुँच गया, बेफिक्र हो समान थोड़ा थोड़े को होगा, क्यों टेंशन लई है तुम। हाँ जी हाँ जी बस मैं कहना जी पहुँचने वाला ही है थोड़े को बंदा। हाँ हाँ बस आ गया जी, कोई गल नहीं भाई, मैं माल चाहिए, मेरी जान निकल दिया। ओ कोई नहीं पुत्रा, माल पैसे ला दिया जिन्ना मर्जी दस किन्ना चाहिए, बाकी जो नहीं है कोई नहीं अपनी तू जगह मेरे ना करा तो भाई थौ की कोई गल नहीं, थौ तेरे नौ लवा दूं मैं भाई। ला जाओ मुंडिया जा लिया के दे वीर नू। अपना वीर नू चंगा भाई जी, करो भी ऐसे जाके चंगा भाई, करो करो ऐसे सुखे। ਭਾਈ ਤੁਹਾਡਾ ਕਾਰ ਉੱਥੇ ਡਿੱਗਿਆ ਪਿਆ। ਕੋਈ ਨਾ ਸੀਰਤ ਤੂੰ ਘਬਰ ਨਾ, ਇੱਕ ਵਾਰ ਪਤਾ ਲੱਗ ਜੇ ਕਿਹੜਾ ਏ, ਸਾਲੇ ਦੇ ਡੱਕਰੇ ਕਰ ਦੂੰਗਾ, ਬਹੁਤ ਹੋ ਗਿਆ ਹੁਣ, ਹੁਣ ਤਾਂ ਪਤਾ ਕਰਨਾ ਹੀ ਪੈਣਾ ਕਿਹੜੇ ਇਹ।
ਛੱਡਣੇ ਨਹੀਂ ਫੁੱਫੜਾ, ਹੁਣ ਮੈਂ ਦੇਖੀ ਜਾਵਾਂ ਕੀ ਕਰਦਾ ਉਹਨਾਂ ਨਾਲ ਸਾਲਿਆਂ ਨਾਲ। ਉਹ ਕਾਜੂ ਹੋਇਆ ਕੀ ਹੈ ਕਾਲੇ ਨੂੰ ਦੱਸਤਾ ਦੇ। ਤੈਨੂੰ ਪਤਾ ਤਾਂ ਹੈ ਫੁੱਫੜ ਕਿਹੜੇ ਕੰਮਾਂ 'ਚ ਪਿਆ ਵਾ, ਇਹ ਕੁੱਤੇ ਕੰਮਾਂ 'ਚ। ਕੀ ਖਾਧਾ ਇਹਨੇ? ਲੋਕਾਂ ਤੋਂ ਸਾਡੀਆਂ ਖੁਸ਼ੀਆਂ ਨਹੀਂ ਜੜੀਆਂ ਜਾਂਦੀਆਂ ਫੁੱਫੜਾ। ਅੱਛਾ ਲੈ ਸੁਣ ਲੈ ਜੇ ਤੂੰ ਸੁਣਨਾ ਚਾਹੁੰਦਾ। ਹਾਂ ਦੱਸ। ਜੇ ਇਹ ਗੱਲ ਆ ਨਾ ਭਤੀਜ, ਮੈਂ ਵੀ ਤੇਰੇ ਨਾਲ ਹਾਂ। ਕਾਲਿਆ ਕਿਉਂ ਕਰ, ਤੈਨੂੰ ਤੈਨੂੰ ਕਿੰਨੇ ਵਾਰੀ ਕਿਹਾ ਪੁੱਤ ਮੇਰਾ ਨਸ਼ਾ ਨਾ ਕਰਿਆ ਕਰ। ਇੰਨੇ ਵੱਡੇ ਵੱਡੇ ਘਰ ਗਾਲ ਤੇ ਕੱਲੇ ਪੁੱਤ ਸੀ, ਉਹ ਵੀ ਚਲੇ ਗਏ। ਪਤਾ ਤਾਂ ਹੈ ਭੂਆ ਕੀ ਡੱਫ ਕੇ ਆਉਂਦਾ ਰੋਜ਼, ਇਹ ਸਾਰਾ ਤੇਰੇ ਲਾਡ ਪਿਆਰ ਦਾ ਨਤੀਜਾ। ਹਰ ਹੁਣ ਇੱਕ ਗੱਲ ਮੇਰੀ ਹੋਰ ਸੁਣ ਲੈ, ਮੈਂ ਉਹਨਾਂ ਨੂੰ ਨਹੀਂ ਛੱਡਣਾ ਜਿਹੜੇ ਇਹਨੂੰ ਨਸ਼ੇ ਤੇ ਲਾਉਂਦੇ ਆ। ਪਰ ਤੂੰ ਇਹਦਾ ਜੇ ਸਾਥ ਦੇਵੇਂਗੀ ਨਾ ਭੂਆ, ਤਾਂ ਮੇਰੇ ਤੋਂ ਬੁਰਾ ਕੋਈ ਨਹੀਂ। ਕਿਉਂ ਪੁੱਤ ਮੇਰਿਆ, ਤੂੰ ਮੈਨੂੰ ਕਹਿੰਦਾ ਹੁੰਦਾ ਸੀ ਨਾ ਵੀ ਤੂੰ ਇਹ ਜਾਜੂਸਾਂ ਵਾਲੇ ਨਾਟਕ ਕਿਉਂ ਦੇਖਦੀ ਆ? ਮੈਂ ਐਂ ਦੇਖਦੀ ਆ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਨੂੰ ਮੈਂ ਕੈਦ ਕਰਾਉਣਾ ਚਾਹੁੰਦੀ ਆ। ਉਹ ਐਂ ਨਹੀਂ ਕੰਮ ਚੱਲਣਾ, ਆਪਾਂ ਨੂੰ ਏਕਾ ਕਰਨਾ ਪੈਣਾ ਸਾਰਿਆਂ ਨੂੰ। ਕਦੇ ਕਦੇ ਤਾਂ ਨਾ ਮੈਨੂੰ ਇਹ ਸਰਪੰਚ ਤੇ ਵੀ ਸ਼ੱਕ ਹੁੰਦਾ, ਇਹ ਚਿੱਟੇ ਕੱਪੜੇ ਵਾਲੇ ਨਾ ਭੂਆ ਬਹੁਤ ਕਾਲੇ ਕੰਮ ਕਰਦੇ ਆ। ਚੱਲ ਭਤੀਜ, ਪਹਿਲਾਂ ਆਪਾਂ ਇਹੀ ਪਤਾ ਕਰਦੇ ਆ ਵੀ ਕੌਣ ਆ ਬੰਦੇ ਉਹ। ਚੱਲ ਫੁੱਫੜਾ, ਚੱਲ ਭੂਆ, ਫਿਰ ਇਹਨੂੰ ਅੰਦਰ ਪਾਉਂਦੇ ਆ ਤੇ ਆਪਾਂ ਇਹੀ ਪਤਾ ਕਰਦੇ ਆ ਵੀ ਵੇਚਦਾ ਕੌਣ ਆ, ਪਹਿਲਾਂ ਉਹਨੂੰ ਲੱਭਦੇ ਆ। ਚਲੋ ਠੀਕ ਹੈ, ਠੀਕ ਹੈ, ਚਲੋ। ਬੇ ਕਾਜੂਆ, ਬੇ ਤੂੰ ਅੱਜ ਕਾਲਜ ਗਿਆ ਹੈਗਾ? ਮੈਂ ਨਹੀਂ ਜਾਣਾ ਭੂਆ ਕਾਲਜ, ਮੈਨੂੰ ਕੁਛ ਵੀ ਚੰਗਾ ਨਹੀਂ ਲੱਗਦਾ ਭੂਆ। ਆਪਣੇ ਕਾਲੇ ਦੀ ਹਾਲਤ ਦੇਖੀ ਆ ਤੂੰ? ਹਾਂ, ਮੈਂ ਉਦੋਂ ਤੱਕ ਚੈਨ ਦੀ ਸਾਹ ਨਹੀਂ ਲੈਂਦਾ ਜਦੋਂ ਤੱਕ ਮੈਂ ਉਹ ਨਸ਼ਾ ਵੇਚਣ ਵਾਲਿਆਂ ਦਾ ਕੰਡਾ ਨਹੀਂ ਕੱਢ ਦਿੰਦਾ। ਕੰਡਾ? ਕੰਡਾ ਤਾਂ ਉਦੋਂ ਮੈਂ ਕੱਢੂੰਗੀ, ਸਮਝ ਗਿਆ? ਹਾਂ ਭਤੀਜ, ਕਿਹਦੇ ਕੰਡੇ ਕੱਢਣ ਦੀ ਗੱਲ ਕਰੀ ਜਾਂਦੇ ਹੋ? ਆ ਜਾ ਫੁੱਫੜਾ, ਕਿਵੇਂ ਆ? ਮੈਂ ਠੀਕ ਆ, ਕਿਹਦਾ ਕੰਡਾ ਕੱਢਣਾ? ਪਰ ਆਪਾਂ ਨੂੰ ਏਕਾ ਕਰਨਾ ਹੀ ਪੈਣਾ, ਬਹੁਤ ਹੋ ਗਿਆ ਹੁਣ। ਸਹੀ ਆ, ਸਹੀ ਆ, ਸਹੀ ਆ ਭੂਆ, ਕਾਲੇ ਨੂੰ ਨਾ ਪਤਾ ਲੱਗੇ ਆਪਣੀ ਪਲੈਨਿੰਗ ਦਾ, ਉਹ ਕਾਲਾ ਆਈ ਜਾਂਦਾ। ਹੋਰ ਫੁੱਫੜਾ? ਹਾਂ ਬੱਲੇ ਬੱਲੇ। ਹੋਰ ਫੁੱਫੜਾ ਠੀਕ ਆ? ਮੈਂ ਠੀਕ ਆ, ਤੂੰ ਦੱਸ? ਠੀਕ ਹੈ ਭੂਆ, ਮੈਂ ਵੀਰੇ ਕੇ ਘਰੇ ਜਾ ਕੇ ਆਉਣਾ, ਮੈਂ ਆਉਣਾ ਚੰਗਾ। ਬੇ ਕੰਜਰ ਦੇ ਪੁੱਤ, ਉਹਨੇ ਕਿਤੇ ਡੱਫ ਲਈ। ਫੁੱਫੜਾ ਹੋ ਜਾਓ ਰੈਡੀ, ਹੁਣ ਕਾਲਾ ਨਿਕਲ ਗਿਆ ਬਾਹਰ, ਆਪਾਂ ਇਹਦੇ ਪਿੱਛੇ ਹੀ ਚੱਲਦੇ ਹਾਂ ਅਤੇ ਅੱਜ ਆਪਾਂ ਨਾ ਪਤਾ ਕਰਨਾ ਜੋ ਮਰਜ਼ੀ ਹੋ ਜਾਵੇ। ਚਲੋ ਫੁੱਫੜਾ। ਛੋਟਾ ਬੇੜਾ ਬੇ, ਮੈਨੂੰ ਤਾਂ ਲੈ ਜਾਓ ਨਾਲ ਬੇ। ਹੈਲੋ ਬੇ ਲੱਡੂ, ਹੈਲੋ 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 ਬੇ, ਥੋੜੀ ਪੈਂਟ ਦੀ ਥੋੜੀ ਦੀ ਬੇ। ਓ ਬੀਬੋ, ਜਵਾਨੀ ਵੇਲੇ ਤਾਂ ਇੰਨੀ ਸਾਲਾਂ ਨਹੀਂ ਮਾਰੀਆਂ, ਹੁਣ ਛਾਲਾਂ ਮਾਰਦੀ ਫਿਰਦੀ, ਕੀ ਹੋ ਗਿਆ ਤੈਨੂੰ? ਤੇਰੀ ਭੈਣ ਦਾ ਕਾਲਜਾ ਹੋ ਗਿਆ ਤੇ ਫਿਰ ਤੂੰ ਕਿੱਥੇ ਡਿੱਗਦੀ ਕਾਹਦੇ ਫਿਰਦੀ ਹੈ? ਡਿੱਗਦੀ ਫਿਰਾਂ ਨਾ। ਆ ਤਾਂ ਆ ਚੱਲੀਏ, ਕਿੱਥੇ ਬੰਬੂ ਘਾਟ ਆ ਬੜਾ? ਆ ਬੰਬੂ ਘਾਟ ਹੈਗਾ, ਆ ਜਾ ਤੇਰੀ। ਵੀਰੂ ਕੀ ਹਾਲ ਚਾਲ ਹੈ ਤੇਰਾ? ਬਹੁਤ ਵਧੀਆ ਸਰਪੰਚ ਸਾਹਿਬ, ਤੁਸੀਂ ਦੱਸੋ ਜੀ।
पिछले माल की पेमेंट नहीं पहुंची। वो क्यों फिक्र करी जाता सरपंच जी, थोड़े को पहुंच जूगी पेमेंट। वीरू एक गल का ध्यान रखी, पिंड पुलिस थां थां फिर रही है, कितने मरवा ना नहीं। वो सरपंच वीरू तो उ नहीं पुलिस की परवाह करता, ना तेरे होंगे मैनू पुलिस की परवाह। कमाल आ सरपंच यार, इन सोलियां का वड हो गया, मैं नहीं डरता पुलिस पुलिस तो। छड़ो जी पानी, चलो तुसी पैग लाओ। हुण नीटी पैगा, हुण पानी तो मंगा लै। लिया पानी तो लिया यार, आएगा तो ध्यान भी तो रख लिया करो माड़ा मोटा। चल छड़ बीरू, चलो यार दस पैग ला यार। ਅਸੀਂ ਯਾਰ ਰੁਕ ਜੀ, ਦੋ ਮਿੰਟ ਕਾਹਲੇ ਯਾਰ, ਜ਼ਰੂਰੀ ਗੱਲ ਚੱਲਦੀ ਆ ਥੋੜ੍ਹੀ ਜੀ। ਓਏ ਜਿਹੜਾ ਕੰਮ ਕਰਨਾ ਆ ਪਹਿਲਾਂ ਉਹ ਤਾਂ ਕਰ ਲਓ, ਆਸਕੀ ਵਾਲਾ ਡੋਰੂ ਫੇਰ ਵਜਾ ਲਿਓ। ਚੱਲ ਪੂਆ ਸਰਪੰਚ, ਬਹੁਤ ਵੱਡੀ ਡੀਲਿੰਗ ਆਉਣ ਜਾ ਰਹੀ ਆ ਆਪਣੀ, ਤੈਨੂੰ ਪੈਸੇ 'ਚ ਨਵਾ ਦੂੰਗਾ ਮੈਂ। ਹਾਂਜੀ ਵੈਰੀ ਗੁੱਡ, ਐਨ ਪੈਸੇ ਤਾਂ ਪਰਵਾਹ ਨਾ, ਪਾਣੀ ਵਾਂਗੂ ਪੈਸਾ ਨਵਾ ਦੂੰ ਤੈਨੂੰ। ਵਾਹ ਬਾਈ ਵਾਹ, ਬਸ ਸਾਥ ਦਿਓ ਤੁਸੀਂ, ਕੋਈ ਗੱਲ ਨਹੀਂ। ਹਾਂ ਪੂਰਾ ਸਾਥ ਦੇਣਾ ਆਪਣਾ। ਪੁੱਤ ਮੇਰੇ ਆ, ਮਰਾ ਤਾਂ ਸੀ ਭੂਆ ਤੂੰ ਤਾਂ। ਤੂੰ ਮੇਰੀ ਗੱਲ ਸੁਣ, ਐਂ ਕਰ ਆ ਫੜ ਉਹਦੇ ਨਾਲ ਕਾਰਡ, ਇੱਥੇ ਹੋ ਹਾਂ ਪੁਲਿਸ ਵਾਲੇ ਨੂੰ। ਹਾਂ ਪੁਲਿਸ ਵਾਲੇ ਨੂੰ, ਹਾਂ ਇੱਥੇ ਨੰਬਰ ਲਾ ਨੰਬਰ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜਨਾਬ, ਸਮੋਸੇ। ਭੂਆ ਇਹ ਤਾਂ ਹਲਵਾਈ ਦਾ ਨੰਬਰ ਦਿੱਤਾ, ਉਹ ਸਮੋਸੇ ਕਹੀ ਜਾਂਦੇ ਕਿੰਨੇ ਚਾਹੀਦੇ। ਓ ਯਾਰ ਉਹ ਦੂਆ ਨੰਬਰ ਦੇ ਜਿਹੜਾ ਪੁਲਿਸ ਵਾਲਾ ਦਿੱਤਾ ਤੇ ਉਹਦੇ ਆਪਾਂ ਨੂੰ, ਉਹ ਵਾਲਾ ਨੰਬਰ ਦੇ ਤੇਰੇ ਕੋਲ ਹੈ ਭੂਆ, ਤੇਰੇ ਕੋਲ ਪੁੱਤ। ਉਹ ਓਹੋ, ਫਿਰ ਐਂ ਕਰ ਕੰਜਰੇ ਪੁੱਤ, ਆ ਦੇਖ ਆ ਤਾਂ ਨਹੀਂ ਕਦੇ ਹੈਗਾ ਉਹ, ਆ ਬਰੀਕ ਅੱਖਰਾਂ 'ਚ। ਹੈਲੋ ਸਤਿ ਸ਼੍ਰੀ ਅਕਾਲ ਜਨਾਬ, ਜਨਾਬ ਅਸੀਂ ਨਾ ਉਹ ਜਿਹੜਾ ਨਸ਼ਾ ਵੇਚਦੇ ਹਾਂ ਉਹਨਾਂ ਦਾ ਪਤਾ ਕਰ ਲਿਆ, ਤੁਸੀਂ ਸਰਪੰਚ ਦੇ ਘਰ ਆ ਜਾਓ। ਹਾਂਜੀ ਹਾਂਜੀ ਆ ਜਾਓ ਭੂਆ, ਆਪਾਂ ਇੱਥੇ ਬਹਿ ਜਾਂਦੇ ਹਾਂ ਜਦੋਂ ਤੱਕ ਪੁਲਿਸ ਆਉਂਦੀ ਹੈ। ਚੱਲ ਮੈਂ ਤਾਂ ਜਾਂਦਾ ਯਾਰ, ਆਈ ਤਾਂ ਹੈ ਨਹੀਂ ਪੁਲਿਸ, ਮੈਂ ਤਾਂ ਜਾਂਦਾ ਯਾਰ। ਲੈ ਫੜ ਲਾ ਪੂਛ, ਤੇਰੇ ਫੁੱਫੜ ਦਾ ਪਹਿਲੇ ਮੂੰਹ 'ਚ ਨਿਕਲ ਗਿਆ। ਤੂੰ ਬਹਿ ਜਾ ਭੂਆ, ਜਾਣ ਦੇ ਸੱਚੇ ਪਿਆਰੇ ਇਹੋ ਜਿਹੇ ਹੁੰਦੇ ਆ। ਕੋਈ ਨਾ ਮੈਂ ਤਾਂ ਬੈਠਿਆ, ਕੋਈ ਨਾ ਪੁਲਿਸ ਪੈ ਗਈ ਵੇ। ਓ ਭੂਆ ਉਹ ਪਈ ਨਹੀਂ, ਆਪਾਂ ਹੀ ਬੁਲਾਇਆ। ਸਤਿ ਸ਼੍ਰੀ ਅਕਾਲ ਜਨਾਬ, ਸਰਪੰਚ ਸਾਹਿਬ ਕਾਲਿਆ ਪਹੁੰਚਾ ਦੀ ਸਮਾਨ। ਹਾਂਜੀ ਹਾਂਜੀ ਸਰਪੰਚ ਸਾਹਿਬ, ਫਿਕਰੇ ਨਾ ਕਰੋ, ਨਾਲੇ ਪੇਮੈਂਟ ਗਿਣ ਕੇ ਲੈ ਕੇ ਆਈ। ਹਾਂਜੀ ਹਾਂਜੀ ਸਰਪੰਚ ਸਾਹਿਬ, ਸਰਪੰਚ ਸਾਹਿਬ ਚਿੱਟੇ ਕੱਪੜਿਆਂ 'ਚ ਕਾਲੇ ਕੰਮ,
शोभा नहीं देंदे काम थानू। फड़ो इनू तेन सरपंच काले काम करने लई नहीं वर्दी पाई सरपंच, जे तू अपनी इज्जत चाहना तो सानू मेन बंदे दस दे। मेन बंदे किथे ने? हंदार साहब मैनू एक मौका दे दिओ। मौका तो तेनू दे दांगे सरपंच, पर मेन बंदे दे नाम तो दस। नाम दस दें जी, नाम उन्हां दा बीरू है। चलो बिठा इनू गड्डी। ਹਲੋ ਵੀਰੂ ਭਾਜੀ, ਪੈਸੇ ਤੁਹਾਡੇ ਕਹੇ ਮੁਤਾਬਕ ਪੂਰੇ ਨੇ, ਚਾਹੇ ਗਿਣ ਲਓ। ਹਲੋ ਭਾਜੀ, ਬਸ ਤੁਹਾਡੇ ਮੁਤਾਬਕ ਮਾਲ ਵੀ ਪੂਰਾ ਇੱਕ ਨੰਬਰ ਆਈ। ਚੈੱਕ ਕਰੋ ਇਹਨੂੰ, ਵੀਰੂ ਨੂੰ ਯਾਦ ਰੱਖੋਗੇ ਤੁਸੀਂ? ਤਾਂ ਤਾਂ ਵੀਰੂ ਤੇਰੇ ਲਵੇ ਆਉਣੇ ਆ। ਦੇਖੋ ਤਾਂ ਬਈ ਤੁਸੀਂ ਬੱਟ ਕਰਨ ਵੀ ਹੈ, ਤਸੱਲੀਦਾਰ ਚੀਜ਼ ਹੈ। ਹਾਂ ਹਾਂ, ਐਤਕੀ ਤਾਂ ਨਜ਼ਾਰੇ ਹੀ ਲਿਆਤਾ ਤੈਂ। सारे पंजाब नू खराब कीता। गल पाया साले ने। चलो चलो भाई, ਚੱਕ ਪੈਣ ਦਾ ਖਦਮਾ ਚੋਰਿਆ ਤੇਰਾ ਬੈਜੇ ਤੇਰਾ ਵੇੜਾ ਗਿਆ ਖਰਚਾ ਇਹਨੂੰ ਰੱਖ ਦੇ ਭੂਆ ਖਰਚਾ ਵਾਲੇਗੀ ਖਰਚਾ ਨਾਲ ਕੋਈ ਨਹੀਂ ਭੂਆ ਉੱਠ ਹਾਂ ਭੂਆ ਆਪਾਂ ਜਿੱਤ ਗਏ ਹਾਂ ਆਪਾਂ ਨਸ਼ੇ ਵੇਚਣ ਵਾਲਿਆਂ ਨੂੰ ਫੜਾਤਾ ਅੱਛਾ ਬਣ ਗਈ ਮੇਰੀ ਭੂਆ ਜਸੂਸ ਆਹ ਬੱਲੇ ਬੱਲੇ